ਪੱਕੀ ਚੇਤਾਵਨੀ ਦਿੰਦਾ ਕਿ ਮੈਂ ਹਰਪ੍ਰੀਤ ਸਿੰਘ ਮੱਖੂ ਦਾ ਚੈਨਲ ਬੰਦ ਕਰਾਊਂਗਾ। ਇਸ ਬੰਦੇ ਨੇ ਗਾਈਡਲਾਈਨਸ ਜਿਹੜੀਆਂ ਹੁੰਦੀਆਂ ਜਿਹੜੀਆਂ ਗਾਈਡਲਾਈਨਸ ਦਿੰਦੇ ਆ ਪੂਰੀਆਂ ਨਹੀਂ ਕੀਤੀਆਂ ਹੋਈਆਂ। ਸੋ ਹਾਈ ਕੋਰਟ ਦੇ ਵਿੱਚ ਮੈਂ ਇਹ ਸਾਰਾ ਮੈਟਰ ਰੱਖਣ ਜਾ ਰਿਹਾ। ਇਹ ਜਿੰਨੇ ਵੀ ਪੱਤਰਕਾਰ ਬਣੇ ਹੋਏ ਆਪਣੇ ਆਪ ਨੂੰ ਇੱਕ ਦੂਜਾ ਖੋਤਾ ਥੋਥਾ ਚੰਨਾ ਸਵੇਰੇ ਭੌਂਕੀ ਜਾਂਦਾ ਸੀ ਉੱਠ ਕੇ ਟਾਈਮ ਬੰਨ ਲਓ ਫਲਾਣਾ ਕਰ ਲਓ। ਭਰਾਵਾ ਕਿਸੇ ਹੋਰ ਨਾਲ ਨਾ ਬੰਦੀ ਟਾਈਮ, ਮੁੜ ਕੇ ਤੇਰੇ ਹਾਲਾਤ ਬਹੁਤ ਮਾੜੇ ਕਰ ਦੇਣੇ ਆ ਪੁਲਿਸ ਨੇ। ਦੂਜੀ ਗੱਲ, ਜਿਨ੍ਹਾਂ ਨੇ ਗੇਮਾਂ ਖੇਡਣੀਆਂ ਹੁੰਦੀਆਂ ਨਾ ਉਹ ਇਹੋ ਜਿਹੀਆਂ ਥੋਥੀਆਂ ਚਾਲਾਂ ਨਹੀਂ ਚੱਲਦੇ, ਸਮਝਦਾ? ਪਿੰਡਵਾਦ ਸ਼ਹਿਰਵਾਦ ਇਹ ਸਾਨੂੰ ਨਾ ਸਿਖਾ, ਸਾਡੇ ਨਾਲ ਆ ਪਿੰਡਾਂ ਵਾਲੇ ਹੀ ਹੁੰਦੇ ਗੱਡੀ 'ਚ, ਸਮਝ ਗਿਆ? ਸਾਡੇ ਲਈ ਸਾਡੇ ਭਰਾ ਨੇ, ਭਾਵੇਂ ਉਹ ਪਿੰਡਾਂ ਵਾਲੇ ਆ ਭਾਵੇਂ ਸ਼ਹਿਰਾਂ ਵਾਲੇ ਆ, ਸਮਝ ਗਿਆ ਗੱਲ? ਸਾਡੇ ਭਾਈਚਾਰਾ। ਤੇ ਇਹ ਕੋਹਾਨੀ ਥੋਥਾ ਉਹਨੇ ਹਲੇ ਤੱਕ ਦੱਸਿਆ ਹੀ ਨਹੀਂ ਵੀ ਚੱਕੀ ਵਾਲਾ ਕੀ ਕਰਨ ਆਉਂਦਾ ਸੀ, ਜਾਂ ਤਾਂ ਦੱਸ ਦੇ। ਦੂਜੀ ਗੱਲ, ਅੱਖਾਂ 'ਚ ਅੱਖਾਂ ਪਾ ਕੇ ਆਪਣੀ ਵਾਈਫ ਨੂੰ ਲੈ ਕੇ ਆਈ ਮੇਰੇ ਕੋਲ, ਮੈਂ ਪੁੱਛਾਂਗਾ ਜਿਹੜੀ ਤੂੰ ਮਨ ਘੜਤ ਕਹਾਣੀ ਬਣਾਈ ਹੈ ਨਾ, ਮੈਂ ਪੁੱਛਾਂਗਾ ਵੀ ਇਹ ਵੀਡੀਓ ਮੈਂ ਬਣਵਾਈ ਸੀ ਕਿ ਉਹਨੇ ਮੈਨੂੰ ਬਣਾ ਕੇ ਭੇਜੀ ਸੀ। ਨਿੱਕੂ ਦਾ ਸਾਰਾ ਮੇਰੇ ਫੋਨ 'ਚ ਡਾਟਾ ਪਿਆ, ਮੈਂ ਅੱਜ ਸੀਨੀਅਰ ਅਫਸਰਾਂ ਨੂੰ ਦਿਖਾ ਕੇ ਸਾਰੀਆਂ ਗੱਲਾਂ ਤੋਂ ਜਾਣੂ ਕਰਵਾ ਕੇ ਆਇਆ। ਮੱਖੂ ਦਾ ਕੀ ਕਿਰਦਾਰ ਹੈ ਉਹ ਵੀ ਸਾਰਾ ਦੱਸ ਕੇ ਆਇਆ ਵੀ ਮੱਖੂ ਕੀ ਚੀਜ਼ ਹੈ, ਕਿੰਨੇ ਕਿੰਨੇ ਘੁਟਾਲੇ ਕੀਤੇ ਆ। ਖਰੜ ਤੋਂ ਵੀ ਪੇਪਰ ਆ ਜਾਣੇ ਆ, ਸਾਰੇ ਦਸਤਾਵੇਜ਼ ਇਕੱਠੇ ਕਰ ਰਹੇ ਆ ਜੀ, ਪੋਸਕੋ ਵਾਲੀ ਐਫ ਆਈ ਆਰ ਵੀ ਕੱਢ ਰਹੇ ਆ। ਇਹਦੇ ਚੈਨਲ ਦਾ ਤਾਂ ਮੈਂ ਉਹ ਹਾਲ ਕਰਾਂਗਾ, ਯਾਦ ਰੱਖੇਗਾ। ਸੋ ਜਦੋਂ ਇਕੱਲਾ ਬੰਦਾ ਸਾਰੇ ਦਸਤਾਵੇਜ਼ ਇਕੱਠੇ ਕਰਨ ਤੇ ਲੱਗਿਆ ਹੋਵੇ ਥੋੜਾ ਟਾਈਮ ਜ਼ਰੂਰ ਲੱਗ ਜਾਂਦਾ, ਪਰ ਮੰਜੀ ਪੀੜੀ ਉਹ ਟਿਕਾ ਕੇ ਠੋਕਾਂਗਾ, ਯਾਦ ਰੱਖਾਂਗਾ। ਤੇ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਨੂੰ ਮੱਖੂ ਬਾਜਵਾ ਹੰਨੀ ਹੈਰੀ ਅਵੀ, ਤੁਸੀਂ ਯਾਰ ਕਿੰਨੇ ਥੋਥੇ ਚੰਨੇ ਹੋ, ਤੁਸੀਂ ਪਾਗਲਾਂ ਵਾਂਗੂ ਕੁੱਤੇ ਵਾਂਗੂ ਫੇਸਬੁੱਕ ਤੇ ਭੌਂਕੀ ਵੀ ਜਾਂਦੇ ਹੋ, ਦੂਜੇ ਪਾਸੇ ਅਫਸਰਾਂ ਕੋਲ ਜਾਂਦੇ ਹੋ ਉੱਥੇ ਲਿਲੜੀਆਂ ਕੱਢਦੇ ਹੋ, ਸਾਡਾ ਪੱਚਾ ਦੇ ਦਿਓ, ਸਾਡਾ ਪੱਚਾ ਦੇ ਦਿਓ। ਮੱਖੂ ਨੂੰ ਇਹ ਨਹੀਂ ਪਤਾ ਵੀ ਆਈ ਪੀ ਸੀ ਬੰਦ ਹੋ ਗਈ ਹੈ, ਅਖਬਾਰ ਪੜਿਆ ਕਰ, ਤੈਨੂੰ ਪਤਾ ਲੱਗੇ, ਉਦਾਂ ਤੂੰ ਪੱਤਰਕਾਰ ਹੈ, ਧਾਰਾ ਬਦਲੀਆਂ ਹੋਈਆਂ, ਕਾਨੂੰਨ ਬਦਲ ਗਿਆ ਹੋਇਆ, ਅਕਲ ਕਰ, ਅਕਲ ਮਾੜੀ ਮੋਟੀ ਇਹਨੂੰ ਇਹਨੂੰ ਬੁੱਧੀ ਨੂੰ ਵਰਤ ਲੈ। ਤੇ ਰਹੀ ਗੱਲ ਦੂਜੀ ਮਾਫੀ ਵਾਲੀ, ਕਿੱਡਾ ਤੂੰ ਉਹ ਬੰਦਾ ਹੈ ਥੋਥਾ ਚਨਾ, ਜੇ ਤੂੰ ਮੇਰੇ ਨਾਲ ਕਹਿੰਦਾ ਹੈ ਵੀ ਮੈਂ ਪਰਚਾ ਹੀ ਕਰਾਉਣਾ ਸੀ, ਤੂੰ ਮੇਰੇ ਨਾਲ ਗੱਲ ਕਿਉਂ ਕੀਤੀ? ਸੁਣ ਗੱਲ, ਮੈਂ ਦੱਸਦਾ, ਵਿੱਕੀ ਥੋਮਸ ਵੀਰ ਨੇ, ਚਲੋ ਅਗਲੇ ਨੇ ਇੱਜ਼ਤ ਨਾਲ ਗੱਲ ਕੀਤੀ, ਮੈਂ ਨਹੀਂ ਤੇਰੇ ਵਾਂਗੂ ਕਿਸੇ ਨੂੰ ਨਿੰਦਣਾ, ਤੂੰ ਉਹਨੇ ਗੱਲ ਕਰਾਈ, ਮੈਂ ਗੱਲ ਕਰ ਲਈ, 32 ਮਿੰਟ ਤੋਂ ਮੇਰਾ ਦਿਮਾਗ ਚੜਦਾ ਰਿਹਾ, ਪ੍ਰਿੰਕਲ ਐਡਾ ਪ੍ਰਿੰਕਲ ਉਦਾਂ, ਤੂੰ ਬਲੈਕਮੇਲਰ ਆਇਆ, ਤੇਰੇ ਖਿਲਾਫ ਮੈਨੂੰ ਪਤਾ ਹੀ ਨਹੀਂ ਸੀ ਬਈ ਦਰਬਾਰ ਸਾਹਿਬ 'ਚ ਤੇਰੇ ਖਿਲਾਫ਼ ਫਰਮਾਨ ਜਾਰੀ ਹੋਇਆ, ਮੈਂ ਤਾਂ ਤੈਨੂੰ ਜੁੱਤੀ ਤੇ ਨਾ ਦੇਖਾਂ ਖੱਚ ਨੂੰ, ਮੈਨੂੰ ਨਹੀਂ ਪਤਾ ਸੀ। ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹੋ ਜਿਹੇ ਕਿਸਮ ਦੇ ਬੰਦੇ ਨੂੰ ਮੂੰਹ ਨਾ ਲਾਇਆ ਜਾਏ, ਜਿਹੜੇ ਵੀ ਤੇਰੇ ਨਾਲ ਤੇਰੀ ਉਹ ਬਲੈਕਮੇਲਰ ਟੀਮ ਹੈਗੀ ਆ, ਮੈਂ ਸਾਰੀ ਬੰਨ ਕੇ ਰੱਖੂ, ਚਿੰਤਾ ਨਾ ਕਰ। ਮੈਂ ਇੱਕ ਦੇਖਦੇ ਨਹੀਂ ਹੁੰਦੇ ਆਪਾਂ ਉਹਦੇ ਤੇ ਡਿਸਕਵਰੀ ਤੇ ਵੀ ਇੱਕ ਸ਼ੇਰ ਨੂੰ 5-7-10 ਕੁੱਤੇ ਪੈ ਗਏ, ਉਹ ਹਿਸਾਬ ਹੈ ਤੁਹਾਡਾ, ਸ਼ੇਰ ਨੇ ਸ਼ੇਰ ਹੀ ਰਹਿਣਾ, ਕੁੱਤਿਆਂ ਨੇ ਕੁੱਤਾ ਹੀ ਰਹਿਣਾ ਹੁੰਦਾ, ਸਮਝ ਆਈ ਮੇਰੀ ਗੱਲ? ਮੈਨੂੰ ਕੋਈ ਪਰਵਾਹ ਨਹੀਂ, ਨਾ ਮੈਂ ਡਰਦਾ, ਨਾ ਮੈਂ ਤੁਹਾਡਾ ਕੋਈ ਵਹਿਮ ਪਾਲਿਆ, ਤੁਹਾਡੇ ਪੱਲੇ ਕੀ ਹੈ ਮੈਨੂੰ ਸਾਰਾ ਕੁਛ ਪਤਾ। ਸੋ ਆ ਜਿਹੜੇ ਟਾਈਮ ਪਾਨ ਦੀਆਂ ਗੱਲਾਂ ਕਰਦੇ ਨੇ, ਕਚਹਿਰੀ ਦੇ ਗੇਟ ਮੋਰੋ ਲੰਘ ਕੇ ਦਿਖਾ ਦੇਣ ਮੈਨੂੰ, ਉੱਥੇ ਫਿਰ ਇਹਨਾਂ ਦਾ ਮੂੰਹ ਤਾਂ ਨਿਕਲ ਜਾਂਦਾ, ਉੱਥੇ ਜਾ ਕੇ ਸੀਪੀ ਦਫ਼ਤਰ ਹੋਰ ਹੀ ਕਹੀ ਜਾਣਗੇ, ਛਰ ਛਾਜੂ ਐਂ ਕਹਿਤਾ, ਛਰ ਛਾਨੂੰ ਐਂ ਕਹਿਤਾ। ਖੋਤੀਆਂ ਹੋ ਤੁਸੀਂ, ਖੋਤੀਆਂ ਜਿਨ੍ਹਾਂ ਨੇ ਲੜਨਾ ਹੁੰਦਾ ਨਾ ਉਹ ਐਂ ਨਹੀਂ ਕਰਦੇ, ਜਾਂ ਤੁਹਾਨੂੰ ਮੇਰੀ ਦੁਕਾਨ ਨਹੀਂ ਪਤਾ ਸੀ, ਜਾਂ ਤੈਨੂੰ ਮੇਰਾ ਘਰ ਨਹੀਂ ਪਤਾ ਸੀ, ਜਾਂ ਤੈਨੂੰ ਮੇਰਾ ਮੋਬਾਈਲ ਨੰਬਰ ਨਹੀਂ ਪਤਾ ਸੀ। ਹੁਸ਼ਿਆਰਪੁਰ ਦੇ ਲਾਗੇ ਉਹ ਵੀਡੀਓ ਬਣਾ ਕੇ ਪਵਾਤੀ ਜੀ, ਪ੍ਰਿੰਕਲ ਦਾ ਟਾਈਮ ਚੱਕਣ ਗਏ ਸੀ ਪ੍ਰਿੰਕਲ, ਉਹਨਾਂ ਨੂੰ ਵੀ ਪਾਲੀ ਜਿਹੜੇ ਬੇਲੇ ਨੂੰ ਉਹਨੂੰ ਫਰੀ ਦਾ ਗਦੀ ਗੇਟ ਪਵਾਤਾ, ਉਹਨੇ ਮਰ ਜਾਣਾ ਹਾਈ ਕੋਰਟ 'ਚ, ਘੀਸੀਆਂ ਕਰਦੇ ਉਹ ਵੀਡੀਓ ਝੂਠੀ ਪਾ ਕੇ, ਉਹਨੇ ਮੁੜ ਕੇ ਦੇਖੀ ਕੋਰਟ 'ਚ ਲਿਖ ਕੇ ਦੇਣਾ ਵੀ ਮੇਰੇ ਕੋਲ ਗਲਤ ਵੀਡੀਓ ਪਵਾਈ ਸੀ। ਸੋ ਅਕਲ ਨੂੰ ਹੱਥ ਮਾਰੋ, ਕਿਉਂ ਆਪਣਾ ਜਲੂਸ ਕਢਾਇਆ ਖੱਚੋਂ।